ਚੱਲਦੇ ਸੀ ਨਾ, ਹੁਣ ਸਾਰੇ ਚ ਮਿਕਸ ਹੋਏ ਹੋਏ ਆ। ਹਾਂਜੀ ਹੁਣ ਐਪ ਤੇ ਕਿਵੇਂ ਸ਼ਿਵਜੀ ਦੀ ਫੋਟੋ ਆ, ਕਈਆਂ ਦੇ ਹਨੂਮਾਨ ਦੀ ਆ, ਨਾਲ ਤੱਕੜੀ ਬਣੀ ਹੋਈ ਕਿਸੇ ਮੁਲਕ ਦਾ, ਐ 500 ਦਾ ਵਾ। ਹੁਣ ਇਸ ਤਰ੍ਹਾਂ ਹੀ ਨਾ, ਜਿੰਨਾ ਚਿਰ ਇੰਨਾ ਵੱਡਾ ਨੋਟ ਇਸੇ ਤਰ੍ਹਾਂ ਪਹਿਲੀਆਂ ਜਿੰਨੀਆਂ ਵੀ ਉਹ ਵੀਡੀਓ ਬਣਾਈਆਂ ਸੀ ਨਾ, ਤੇ ਉਹਦੇ ਵਿੱਚ ਨਾ ਸਾਰੀ ਕੁਆਲਿਟੀ ਨਹੀਂ ਸੀ ਆਉਂਦੀ, ਤੇ ਉਹਦੀ ਪੂਰੀ ਗਿਣਤੀ ਨਹੀਂ ਸੀ ਆਉਂਦੀ। ਹੁਣ ਇਹਦੇ ਆਲੇ ਦੁਆਲੇ ਮੋਲਡਿੰਗ ਹੋਈ ਆ, ਆਹ ਜਿੰਨਾ ਵੀ ਚੀਜ਼ ਲੱਗੀ ਹੋਈ ਸਾਰੀ, ਇਹ ਸਾਰੀ ਹਾਥੀ ਦੇ ਦੰਦ ਦੀ, ਇਹ ਜਿੰਨਾ ਵੀ ਸਾਰਾ ਲੱਗਾ ਸਾਰਾ ਹਾਥੀ ਦਾ ਦੰਦ। ਜਿੰਨੇ ਪੈਸੇ ਤੁਸੀਂ ਕਹਿੰਦੇ ਹੋ ਮੈਂ ਤੁਹਾਨੂੰ ਦੇ ਦਿੰਦਾ, ਉਹ ਕਹਿੰਦੇ ਨਹੀਂ ਜੀ ਮੈਂ ਵੇਚਣੀ ਨੀ ਗੀ, ਮੈਂ ਉਹਨਾਂ ਮੋਹਨ ਸਿੰਘ ਹੋਣਾ ਨਾ ਇੱਕ ਵਾਅਦਾ ਕੀਤਾ, ਤੇ ਉਹ ਕਹਿੰਦੇ ਮੋਹਨ ਸਿੰਘ ਕਰੋ ਫਿਰ ਉਹਨੇ ਚਾਬਕ ਵੀ ਜਿਹੜੀ ਆ ਉਹ ਵੀ ਹਾਥੀ ਦੇ ਦੰਦ ਹੀ ਬਣਾ ਦਿੱਤੀ ਇਸ ਤਰ੍ਹਾਂ। ਆ ਸੁਰਾਈਆਂ ਜਿਹੜੀਆਂ ਹੈਗੀਆਂ ਇਹ ਵੀ ਅਲੱਗ ਆ, ਇੱਕ ਉਹ ਹੁੱਕਾ ਜਿਹੜਾ ਹੈਗਾ ਉਹ ਵੀ ਪੁਰਾਣਾ। ਆਹ ਵੇਖੋ ਆਹ ਲੋਕ ਇਹਦਾ, ਬਸ ਇਹਦਾ ਉਹ ਖੋਲਣ ਦਾ ਸੀਕਰੇਟ ਹੈਗਾ, ਇਹਦੀ ਚਾਬੀ ਚੁਬੀ ਕੋਈ ਨਹੀਂ ਆ। ਜਿੰਨੀ ਮਿਹਨਤ ਕੀਤੀ ਨਾ ਇਸ ਬੱਚੇ ਦੀ ਉਮੀਦ, ਜਿਹੜੀ ਵੀ ਕਾਮਨਾ ਹੈਗੀ ਨਾ ਇਹਦੀ, ਪਬਲਿਕ ਨੂੰ ਇੱਕੋ ਬੇਨਤੀ ਹੈਗੀ ਇਹਦੀ ਪੂਰੀ ਕਰ ਦਿਓ। ਸਵਾਗਤ ਹੈ ਆਪਕਾ ਓਲਡ ਕੋਇਨ ਐਗਜ਼ੀਬਿਸ਼ਨ ਔਰ ਪੁਰਾਣੇ ਐਂਟੀਕ ਆਈਟਮਸ ਕੀ ਦੁਨੀਆ ਮੇਂ। ਇਹ ਵੀਡੀਓ ਕਾ ਸੈਕੰਡ ਪਾਰਟ ਹੈ, ਜਿਨ੍ਹਾਂ ਨੇ ਫਸਟ ਪਾਰਟ ਨਹੀਂ ਦੇਖਾ ਵੀਡੀਓ ਕਾ ਡਿਸਕ੍ਰਿਪਸ਼ਨ ਮੇਂ ਲਿੰਕ ਹੈ, ਜਾ ਕੇ ਜ਼ਰੂਰ ਦੇਖੀਗਾ। ਤੇ ਚਲਿਏ ਸ਼ੁਰੂ ਕਰੋ। ਉਦੋਂ ਮੈਂ ਉਹ ਸਾਰੇ ਆਪਣੇ ਭੈਣ ਭਰਾ ਹੁਣ ਸਿਰਫ ਉਹਨਾਂ ਦੀ ਉਦੋਂ ਗਿਣਤੀ ਦੱਸੀ ਜਾਂਦਾ ਸੀ ਕਿਹੜੇ ਕੋਲ ਹੈਗੇ। ਆ ਉਦੋਂ ਵਿਖਾਈ, ਆ ਵੇਖੋ ਆ ਜਿੰਨੇ ਵੀ, ਆ 5 ਪੈਕਟ ਹੈ ਜੇ, ਆ 3 ਪੈਕਟ ਹੈ ਜੇ, ਇਹ ਪਿੱਤਲ ਦੇ ਕੇ ਸਾਰੇ। ਹਾਂ ਇਹ ਪਿੱਤਲ ਦੇ 5 ਪੈਸੇ ਨੇ, ਹੁਣ ਅੱਗੇ ਕਰੋਗੇ ਦਿਖਾਓਗੇ। ਇਹ ਪਿੱਤਲ ਦੇ 5 ਪੈਸੇ ਜੇ ਸਾਰੇ, ਤੇ ਆ ਦੇਖੋ ਇਹ ਵੀ ਆ 5 ਪੈਕਟ ਹੈ ਜੇ। ਇਹਨਾਂ ਦੀ ਗਿਣਤੀ ਕੋਈ ਕੋਈ 1700 ਦੇ ਕੋਲ, 1600-1700 ਦੇ ਕੋਲ ਇਹਨਾਂ ਦੀ ਗਿਣਤੀ ਜੀ। ਇਹ ਇੱਕ ਅਮਰੀਕਾ ਦਾ ਸਿੱਕਾ ਜੀ, ਇਹਦੇ ਵਿੱਚ ਨਾ ਅਮਰੀਕਾ ਦਾ ਜੀ, ਠੀਕ ਹੈ। ਇਹ ਜਿਹੜਾ ਅਮਰੀਕਾ ਦਾ ਉਹਨਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸੀਗਾ ਜਿਹਨੇ ਗੁੱਤ ਜੀ ਕੀਤੀ ਸੀ, ਇਹ ਵੇਖੋ ਮਗਰ, ਠੀਕ ਹੈ। ਇਹ ਉਹਨਾਂ ਦੇ, ਤੇ ਇਹ ਇਹ ਖਾਲੀ ਇਹ ਇਕੱਲਾ ਜਿਹੜਾ ਹੈਗਾ ਇਹ 1500 ਗਾ ਜੀ, ਤੇ ਇਸੇ ਤਰ੍ਹਾਂ ਆਹ 25 ਪੈਸੇ ਜੇ, ਇਹ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ 1600 ਹੈਗਾ ਜੀ, 25 ਪੈਸੇ ਹੋਰ ਦਿਖਾਓਗੇ। ਤੇ ਹੋਰ ਜਿਹੜੇ ਵੇਖੋ ਤੁਹਾਡੇ ਸਾਹਮਣੇ ਜਿਹੜੇ ਪੈਕਟ ਭਰ ਕੇ ਰੱਖੇ ਆ, ਆ ਜਾਂ ਜਿਹੜੇ ਦੋ ਦੋ ਦੇ ਇਹਦੇ ਵਿੱਚ ਨਾ ਪੂਰੇ ਵਰਲਡ ਦੇ ਹੈਗੇ ਆ। ਹੁਣ ਇਹਨਾਂ ਨੂੰ ਕੱਲਾ ਕੱਲਾ ਕਰਨ ਲੱਗਿਆ ਤੁਹਾਨੂੰ ਪਤਾ ਟਾਈਮ ਬਹੁਤ ਲੱਗਣਾ, ਜੋ ਇਹ ਜਿੰਨੇ ਵੀ ਹੈ ਨਾ ਵੇਖੋ, ਇਹ ਇੱਥੋਂ ਲੈ ਕੇ ਇਹ ਸਾਰੇ ਇਹ ਬਾਹਰ ਦੇ ਗਏ ਜੇ, ਇੱਥੋਂ ਲੈ ਕੇ ਨਾ ਇਹ ਟੋਟਲ ਇੱਥੋਂ ਤੱਕ ਇਹ ਸਾਰੇ ਬਾਹਰ ਦੇ ਜੇ। ਇੰਡੀਅਨ ਜਿਹੜੇ ਪਹਿਲਾਂ ਸਿੱਕੇ ਚੱਲਦੇ ਸੀ ਨਾ, ਹੁਣ ਸਾਰੇ ਚ ਮਿਕਸ ਹੋਏ ਹੋਏ ਆ। ਹੁਣ ਇਹ ਤੇ ਕਿਵੇਂ ਸ਼ਿਵਜੀ ਦੀ ਫੋਟੋ ਆ, ਕਈਆਂ ਦੇ ਹਨੂਮਾਨ ਦੀ ਆ, ਨਾਲ ਤੱਕੜੀ ਬਣੀ ਹੋਈ ਆ, ਕਈ ਇਸ ਤਰ੍ਹਾਂ ਕਈਆਂ ਦੇ ਮਾਤਾ ਦੀ ਫੋਟੋ ਆ। ਵੀ ਪਹਿਲਾਂ ਜਦੋਂ ਇਹ ਮਤਲਬ ਕਾਫੀ ਟਾਈਮ ਆਜ਼ਾਦੀ ਤੋਂ ਪਹਿਲਾਂ ਦੇ ਜਿਹੜੇ ਸਿੱਕੇ ਸੀ ਨਾ, ਉਹ ਇਸੇ ਤਰ੍ਹਾਂ ਹੀ ਅੰਗਰੇਜ਼ਾਂ ਤੋਂ ਪਹਿਲਾਂ ਦੇ, ਉਹਨਾਂ ਦੇ ਇਸ ਤਰ੍ਹਾਂ ਇਹ ਮੂਰਤੀਆਂ ਚੱਲਦੀਆਂ ਸੀ। ਤੇ ਆਹ ਤੁਹਾਡੇ ਸਾਹਮਣੇ ਹੁਣ ਇੱਕ ਨਜ਼ਰ ਆਇਆ ਤੁਹਾਡੇ ਸਾਹਮਣੇ ਇੱਥੇ ਰੱਖੇ ਨਾ, ਇਹਨਾਂ ਦੇ ਵਿੱਚ ਹੀ ਮਿਕਸ ਹੋ ਗਏ ਆ। ਤੇ ਇਹ ਦੇਖੋ ਆਹ ਜਿੰਨੇ ਵੀ ਇਹ ਵੀ ਜਿਹੜੇ ਦੋ ਆਨੇ ਤੇ ਇਹ 4 ਆਨੇ ਨਾ, ਇਹਨਾਂ ਦਾ ਵੀ ਉਹੀ ਯੂਟਿਊਬ ਪਰ ਉਹ 50,000 ਰੁਪਇਆ ਰੇਟ ਦੱਸਦਾ ਸੀ ਜੇ। ਜਿੰਨਾ ਚਿਰ ਅਸੀਂ ਬਾਹਰ ਦੇ ਮੁਲਕ ਦੇ ਸਿੱਕਿਆਂ ਦੇ ਉੱਤੇ ਪੂਰਾ ਟਾਈਮ ਪੀਰੀਅਡ ਜਾਂ ਪੂਰੀ ਉਹਦੀ ਖੋਜ ਨੀ ਨਾ ਕਰਾਂਗੇ, ਤੇ ਸਾਨੂੰ ਉਹਦੇ ਬਾਰੇ ਇੰਨਾ ਪਤਾ ਨੀ ਲੱਗਣਾ। ਤੇ ਇਸ ਕਰਕੇ ਕਿ ਜਿਹੜੇ ਇੰਡੀਅਨ ਜਿਹੜੇ ਹੈਗੇ ਨੇ, ਸਾਨੂੰ ਉਹਨਾਂ ਦਾ ਡਿਟੇਲ ਬਾਇਓਡਾਟਾ ਪੂਰਾ ਨੀ ਮਿਲਦਾ ਇਹਨਾਂ ਦੇ ਕੋਲੋਂ। ਤੇ ਬਾਹਰ ਦੇ ਸਿੱਕਿਆਂ ਦਾ ਕੀ ਵੇਰਵਾ ਡਿਟੇਲ ਕੱਢਾਂਗਾ ਤੁਸੀਂ? ਇਹ ਦੱਸਿਆ ਮੋਰੀ ਵਾਲਾ ਪੈਸਾ ਇਹਨੂੰ ਕਹਿੰਦੇ, ਇਹ ਮੋਰੀ ਵਾਲੇ ਸਿੱਕੇ ਨੇ ਜਿਹੜੇ ਜ਼ਿਆਦਾ ਬੱਚੇ ਗੱਲ ਚ ਵੀ, ਹਾਂ ਜਿਹੜੇ ਜ਼ਿਆਦਾਤਰ ਲੋਕਾਂ ਨੂੰ ਪਛਾਣ ਹੋਏਗੀ ਵੀ ਮੋਰੀ ਵਾਲਾ ਯਾਰ ਪੈਸਾ ਹੁੰਦਾ ਸੀ, ਇਹ ਇੱਕ ਮੋਰੀ ਵਾਲਾ ਪੈਸਾ। ਆਹ ਜਿਵੇਂ ਸਾਡੇ ਆਮ ਜਿਹੜਾ ਪਹਿਲਾਂ ਥੋੜਾ ਚਿਰ ਪਹਿਲਾਂ ਚੱਲਦੇ ਸੀ, ਇਹ 20 ਪੈਸੇ ਪਿੱਤਲ ਦੇ, ਇਹ ਇੱਕ ਇਹਨਾਂ 'ਚ ਹੁੰਦੇ ਸੀ ਮਹਾਤਮਾ ਗਾਂਧੀ ਵਾਲੇ, ਇੱਕ ਹੁੰਦੇ ਸੀ ਕਮਲ ਦੇ ਫੁੱਲ ਵਾਲੇ, ਇਹ ਕਮਲ ਦੇ ਫੁੱਲ ਵਾਲੇ ਨੇ, ਇਹ ਮਹਾਤਮਾ ਗਾਂਧੀ ਵਾਲੇ ਨੇ, ਇਹ 20 ਪੈਸੇ। ਤੇ ਇਸ ਤੋਂ ਪਹਿਲਾਂ ਨਾਲ ਹੀ ਇਹਨਾਂ ਦੇ ਇਹ ਚੱਲਦੇ ਸੀ ਪਿੱਤਲ ਦੇ, ਜਿਸ ਤਰ੍ਹਾਂ ਉਹ ਪਿੱਤਲ ਦੇ 5 ਪੈਸੇ ਵਿਖਾਏ ਨਾ ਤੁਹਾਨੂੰ, ਵੀ ਉਹ ਵੀ ਇੰਨਾ 1600-1700 ਦੀ ਗਿਣਤੀ ਚ, ਉਸ ਤੋਂ ਬਾਅਦ ਇਹ ਪਿੱਤਲ ਦੇ ਵੀ 10 ਪੈਸੇ ਚੱਲਦੇ। ਹੁਣ ਆਹ ਵੇਖੋ ਆਹ 5 ਰੁਪਏ ਜਿਹੜੇ ਨਹਿਰੂ ਵਾਲੇ ਤੇ ਇੰਦਰਾ ਗਾਂਧੀ ਵਾਲੇ, ਜਿਹੜੇ ਆਮ ਲੋਕਾਂ ਦੇ ਵਾਸਤੇ ਬੜੇ ਕੀਮਤੀ ਸੀ, ਲੋਕਾਂ ਵਾਸਤੇ ਜਿਹਨਾਂ ਨੂੰ ਨਹੀਂ ਸੀ ਪਤਾ। ਤੇ ਜੇ ਤੁਸੀਂ ਇਹਨਾਂ ਨੂੰ ਵਿਖਾ ਦਿਓ ਤੇ ਇਹਨਾਂ ਨੇ ਕਹਿਣਾ ਇਹ ਤਾਂ ਇਸ ਦੀ ਕੀਮਤ ਨਹੀਂ, ਜਦੋਂ ਬਹੁਤ ਬਣੇ ਇਸ ਕੇ ਆਪਕੋ ਕਾਫੀ ਜ਼ਿਆਦਾ ਕਾਫੀ ਕੁਆਂਟੀਟੀ ਕਿਟੜੋ। ਇਹਨਾਂ ਨੇ ਤੁਹਾਨੂੰ ਹਿੰਦੀ ਮਾਰ ਕੇ ਕਹਿਣਾ ਇਸ ਕੇ ਨਾ ਆਪਕੋ ਜ਼ਿਆਦਾ ਸੇ ਜ਼ਿਆਦਾ 5 ਰੁਪਏ ਕਾ ਸਿੱਕਾ ਹੈ, ਅਗਰ ਆਪਕੋ ਇਸ ਕੇ 10 ਔਰ 15 ਰੁਪਏ ਮਿਲ ਜਾਤੇ ਤੋ ਬਤਾਓ ਆਪਕੇ ਡਬਲ ਹੋ ਗਏ, ਔਰ ਕੇ ਚਾਹੀਏ ਔਰ ਕੇ ਚਾਹੀਏ। ਬਸ ਇਹ ਇਹਨੇ ਜੀ ਅਗਲੇ ਨੂੰ ਖੁਸ਼ ਕਰ ਦਿੰਦੇ ਆ। ਇਹ ਵੇਖੋ ਇਹ ਹੁਣ ਥੱਲੇ ਜਿਸ ਤਰ੍ਹਾਂ ਇਹ ਰਾਜੀਵ ਗਾਂਧੀ ਦੇ ਆ 1 ਰੁਪਇਆ,
वेखो एक कहते जी पुराने सिक्के ना इन मतलब साफ सफाई च नहीं मिलते ढाडे वेख लो साडे साफ सफाई है जवाहर लाल नेहरू वाला एक रुपया राजीव गांधी वाला एक रुपया पैसा दो पैसे तीन पैसे तो होंगे ना पित्तल के दो पैसे ने एक पैसा भी पित्तल का एक पैसा आया कोपर का भी आखो ढाडे सामने कोपर का भी पित्तल का भी एक पैसा ते ए दो पैसे पित्तल दे इसदे विच ते इसे ताई ओ पांच पैसे पित्तल दे आ ते ओ दस पैसे पित्तल दे आ काफी काफी ज्यादा गया आ वेखो आ वेखो इंडोनेशिया के 25 पैसे पांच पैसे ओ बेटा सारे बाहर दी करेंसी जाके ना आ वेखो आ पांच पैसे पित्तल दे आ वेखो तेरी क्वांटिटी आ किन्नी ओ एनो तुसी अद्धी लाइफ अपनी लाती होनी है इस सिक्के इकट्ठे करन दे कटो कट नहीं जित्थे तुसी जित्थे लोकी फोन करो तुसी लैन मतलब कलेक्ट करने पहुंच जांदे ओ तो इक मतलब जुनून हैगा ही ना ते जुनून शौक हैगा सी ओदो ते कोई पैंडा भी नहीं सी इना सानू महसूस हुंदा मतलब मैं मन्नांगा असली कॉइन कलेक्टर तुसी इना ने बनाता जे सानू क्यों बनाता कि जो जो कॉइन कलेक्टर बड़े देखे पर जो तुहाडी क्या बात है जो लोग जो जो लोगों नु पता लगदा ना भी जे इनी कलेक्शन कठी करके साडा ए कोई सिक्का नहीं लै सकदे ते चलो आम बंदे नु इना दे पता लग गया भी अही जेडे अपने दस भी गए ओह इन्होंने साडे को किथों ले लेने आ बिलकुल भी उन्होंने कहना जदों बंदा इनी लैके बैठा वा करंसी ते जे ओनू नहीं कदी कोई फोन आ सकदा ते ओ विचारियां नु दस भी तो किथों आ जाएगा बिलकुल बस इना ही विचारियां नु आ साडे भैन भरा जेडे साडे जागृत करन दा काम करदे पे ओ लोकी जागृत होन गलत गाइड ना होन देखो जी ओ साडा फर्ज हैगा साडा की हर हिंदुस्तानी दा फर्ज हैगा कि जे कोई भी भैन भरा किसे गुमराही दे विच होवे ते हर एक हिंदुस्तानी दा फर्ज हैगा भी हर एक भैन भरा नु गुमराही चो कढे अही मैं किसे नु बहुता जोर ते पा नहीं सकदा जां मैं किसे नु आर्डर ते ला नहीं सकदा बेनती कर सकदा भी जे तुसीं देखणा होवे ते इत्थों ही देख लो कि जे कोई इन्हां चो लैण वाला होवे ते साडे नाल कनेक्ट ना कर ले सानू ना मिलण ए मेडल मेडल इसे तरह ने ए मेडल सारे इंडियन ने सारे हिंदुस्तान दे कि जिस तरह हुण 75वां दिवस मनाया ना जिहड़ा ते ए वेखो 75वां दिवस 72 दा 71 दा अजे 75 दा भी आ एहदे च ते ए जिहड़े ए सारे इंडियन चांदी दे ने आ जिहड़े आ ए सारे बाहर दे अमेरिका दे आ मोल्डिंग हुई है आ जिन्ना भी चीज लगी हुई सारी ये सारी हाथी दे दंद दी ए जिन्ना भी सारा लगा सारा हाथी दे दंद ए सारा ही उन्होंने मोहन सिंह उन्होंने नहीं सब तो वड्डी अहमियत हैगी ओ ए देखो ए जदों भी तुसी लोगो पाओगे ना नेट ते जुड़ी तुम गल कह रहे ना सारिया बायोडाटा नैट के सामने आ जाएगा क्लीयर भी ओह जो कुछ मैं गल कह रहा मैं अपने को नहीं कह रहा वह मोहन सिंह उन्होंने कही हुई भी इनू किस तरह तैयार किया गया तो इनू कि शख्स बना आया सी अमृतसर कितने रहा इस करके उन्होंने पूरा डेट बायोडाटा पाया भी जो 1943 बना साढ़े को आए आते उस तो बाद 47 जो अं अड हो केंद्र जेडे मेरे मुलाजम से मुसलमान जिन्होंने मेरे न रल के बनाई सी ਉਹ ਦਿੱਲੀ ਚਲ ਗਏ ਤੇ ਕਹਿੰਦੇ ਅਸੀਂ ਜਲੰਧਰ ਆ ਗਏ ਤੇ ਕਹਿੰਦੇ ਫਿਰ ਇਸ ਤਰ੍ਹਾਂ ਕਿਸੇ ਅਮਰੀਕਾ ਦੇ ਬੰਦੇ ਨੂੰ ਪਤਾ ਲੱਗਾ ਵੀ ਕਿਸੇ ਫਲਾਣੇ ਬੰਦੇ ਕੋਲ ਇਸ ਤਰ੍ਹਾਂ ਸਿਤਾਰ ਹੈਗੀ ਆ ਤੇ ਉਹ ਬੜੀ ਮਤਲਬ ਵੀ ਖੂਬਸੂਰਤ ਜਾਂ ਬੜੀ ਇੱਕ ਅੰਟੀਕ ਚੀਜ਼ ਬਣਾਈ ਆ ਤੇ ਉਹਨੇ ਇਹਨਾਂ ਨੂੰ ਆ ਕੇ ਕਿਹਾ ਜਿਨ੍ਹਾਂ ਨੇ ਬਣਾਈ ਸੀ ਵੀ ਤੁਸੀਂ ਇਹ ਜੇ ਚੀਜ਼ ਦੇਣੀ ਹੈ ਤੇ ਮੈਨੂੰ ਦੇ ਦਿਓ ਜਿੰਨੇ ਪੈਸੇ ਤੁਸੀਂ ਕਹਿੰਦੇ ਮੈਂ ਤੁਹਾਨੂੰ ਦੇ ਦਿੰਦਾ ਉਹ ਕਹਿੰਦੇ ਨਹੀਂ ਜੀ ਮੈਂ ਵੇਚਣੀ ਨਹੀਂ ਗੀ ਮੈਂ ਉਹਨਾਂ ਮੋਹਨ ਸਿੰਘ ਹੋਣਾ ਨਾ ਇੱਕ ਵਾਅਦਾ ਕੀਤਾ ਤੇ ਉਹ ਕਹਿੰਦੇ ਮੋਹਨ ਸਿੰਘ ਹੋਣਾ ਨੂੰ ਪੁੱਛ ਲਈਏ ਕਹਿੰਦੇ ਪੁੱਛ ਲਓ ਉਹ ਫਿਰ ਕਹਿੰਦੇ ਮੋਹਨ ਸਿੰਘ ਕੋਲ ਚੱਲ ਗਏ ਤੇ ਕਹਿੰਦੇ ਜੇ ਉਹਨਾਂ ਨੇ ਫੋਟੋ ਤੇ ਲਿਖਿਆ ਹੈ ਵੀ ਉਹਨੂੰ ਇੱਕੋ ਹੀ ਗੱਲ ਕਹੀ ਵੀ ਉਹ ਵੇਖ ਕੀ ਲਿਖਿਆ ਉੱਥੇ ਲਿਖਿਆ 9 ਕਰੋੜ 30 ਲੱਖ ਵੇਚਣ ਵਾਸਤੇ ਨਹੀਂ ਗੀ ਤੇ ਇਸ ਕਰਕੇ ਫਿਰ ਜਿਹੜਾ ਇਹਦਾ ਖੁਦ ਉਹਨਾਂ ਨੇ ਬਾਇਓਡਾਟਾ ਦਿੱਤਾ ਨਾ ਉਹ ਸਭ ਤੋਂ ਵੱਡੀ ਅਹਿਮੀਅਤ ਉਹ ਹੀ ਹੈ ਸਾਡੇ ਵਰਗਾ ਬੰਦਾ ਇਹਨਾਂ ਦੀ ਕੀਮਤ ਨਹੀਂ ਲਾ ਸਕਦਾ ਹਲੇ ਵੀ ਪਾਵਰ ਹੈਗੀ ਉਹ ਪੂਰੀ ਸਾਡੇ ਦੀ ਓਨੀ ਹੀ ਹੈ ਜਿੰਨੀ ਇਹਦੀ ਉਹ ਉਸ ਟਾਈਮ ਤੇ 1947 ਦੇ ਵਿੱਚ ਹੋਏਗੀ ਸਾਨੂੰ ਤੇ ਇਸ ਚੀਜ਼ ਬਾਰੇ ਕੋਈ ਗਿਆਨ ਨਹੀਂ ਗੱਲ ਦੰਦੀ ਬਣੀ ਹੋਈ ਤੇ ਕ੍ਰਿਸ਼ਨ ਜੀ ਅਰਜਨ ਨੂੰ ਗਿਆਨ ਦੇ ਰਹੇ ਆ ਉਹਦੀ ਵੀ ਅੰਤੀਕ ਤਾਂ ਇਹੋ ਹੀ ਆ
ਵੀ ਉਹ ਜਿੰਨੀ ਵੀ ਰੱਥ ਸਨੇ ਘੋੜਿਆਂ ਸਨੇ ਜਿੰਨੀ ਵੀ ਘੋੜ ਉਹ ਸਾਰੀ ਚੀਜ਼ ਹੀ ਲੱਕੜ ਦੀ ਕਢਾਈ ਕਰਕੇ ਤੇ ਉਹ ਲੱਕੜ ਦੀ ਵਿੱਚ ਹੀ ਵਾੜਦੀ ਆ ਉੱਤੋਂ ਪਲੇਨ ਕਰਦੀ ਆ ਮਤਲਬ ਉਹਦੀ ਜਿਹੜੀ ਅੰਟੀਕਤਾ ਵਾ ਉਹ ਇਸੇ ਚੀਜ਼ ਚ ਹੈਗੀ ਆ ਤਾਂ ਕਿ ਉਹਦੀ ਲੱਕੜ ਦੀ ਕਢਾਈ ਕਰਕੇ ਉਹਨੂੰ ਉਹਦੇ ਵਿੱਚ ਫਿੱਟ ਕੀਤਾ ਗਿਆ ਤੇ ਇੱਥੋਂ ਤੱਕ ਫਿਰ ਉਹਨੇ ਚਾਬਕ ਵੀ ਜਿਹੜੀ ਆ ਉਹ ਵੀ ਹਾਥੀ ਦੇ ਦੰਦ ਦੀ ਬਣਾ ਦਿੱਤੀ ਇਸ ਤਰ੍ਹਾਂ ਹੋਰ ਵੀ ਤੁਹਾਡੇ ਕੋਲ ਉਹ ਵੀ ਪਈ ਜੇ ਉਹ ਮੂਵੀ ਜਿਹੜੀ ਪੁਰਾਣੇ ਟਾਈਮ ਤੇ ਵੀਡੀਓ ਨੀ ਸੀ ਉਹ ਉਦੋਂ ਚੱਲਦੀ ਆਡੀਓ ਚੱਲਦੀ ਇਹ ਚ ਆਡੀਓ ਕੈਸੇਟ ਪੈਂਦੀ ਸੀ ਹਨਾ ਉਸ ਟਾਈਮ ਤੇ ਜਿਹੜੀ ਮੂਵੀ ਆਈ ਸੀ ਨਾ ਸਭ ਤੋਂ ਪਹਿਲਾਂ ਜਿਹੜੀ ਇਹਦੇ ਚ ਆਡੀਓ ਨੀ ਸੀ ਚੱਲਦੀ ਇਹਦੇ ਚ ਵੀਡੀਓ ਨੀ ਸੀ ਚੱਲਦੀ ਆਡੀਓ ਚੱਲਦੀ ਸੀ ਕੈਸੇਟ ਸੁਣਨੀ ਕੀ ਹੈ ਇਹ ਵੀ ਹਾਂ ਇਹ ਵੇਖੋ ਇਹਦੇ ਵਿੱਚ ਨਾ ਇਹ ਆਡੀਓ ਪੈਂਦੀ ਸੀ ਉਦੋਂ ਕੈਸੇਟ ਵੀਡੀਓ ਨਹੀਂ ਸੀ ਪੈਂਦੀ ਹੁਣ ਨਾ ਚੱਲਦੀ ਨਹੀਂ ਚੱਲਦੀ ਹੈ ਅੱਛਾ ਲਈ ਵਰਕ ਕਰਦੀ ਹੈ ਜਿਹੜੇ ਤੁਸੀਂ ਰੱਖੀ ਮਤਲਬ ਇਹਨੂੰ ਮੇਨਟੇਨ ਕਰਨ ਲਈ ਤਾਂ ਤੁਹਾਨੂੰ ਵੈਸੇ ਕਾਫੀ ਖਰਚਾ ਆਉਂਦਾ ਹੈ ਆਪੇ ਹੱਥ ਪੱਲਾ ਮਾਰਦੇ ਰਹੀਦਾ ਨਾ ਮਾੜਾ ਮੋਟਾ ਜੇ ਕਿਸੇ ਕੋ ਕਰਾਵਾਂਗੇ ਤੇ ਉਹ ਇੰਨਾ ਲੰਮਾ ਚੌੜਾ ਚੱਕਰ ਚੱਲਦਾ ਜਿੱਥੋਂ ਤੱਕ ਮੇਰਾ ਖਿਆਲ ਪੁਰਾਣੀਆਂ ਚੀਜ਼ਾਂ ਜੋ ਮਰਜ਼ੀ ਉਹਨੂੰ ਮੇਨਟੇਨ ਕਰਨਾ ਉਹਨੂੰ ਮਤਲਬ ਸਾਫ ਸਫਾਈ ਰੱਖਣਾ ਉਹ ਸਭ ਤੋਂ ਔਖਾ ਕੰਮ ਹੋਏ ਇਕੱਠਾ ਲੋਕੀ ਹਰ ਕੋਈ ਕਰ ਲੈਂਦਾ ਹਾਂ ਉਹ ਮਾੜਾ ਮੋਟਾ ਜਿਹੜਾ ਆਪਾਂ ਹੱਥ ਮਾਰਦੇ ਰਹਿੰਦੇ ਨਾ ਉਹ ਬਸ ਉਹ ਹੀ ਉਹਦੇ ਕਰਕੇ ਚੀਜ਼ ਬਚੀ ਹੋਈ ਹੈ ਆਹ ਹੁਣ ਜੇ ਪੀਓ ਟੇਬਲ ਲੰਪ ਅਸਲ ਦੇ ਵਿਚ ਏਡੀ ਛਤਰੀ ਲਾ ਕੇ ਉੱਤੇ ਰੱਖੀ ਹੋਈ ਆ ਕਿਹੜੇ ਵਾਲੀ ਜਿੱਥੇ ਨਗ ਨੀ ਲੱਗੇ ਹਾਂਜੀ ਐਸ ਲੱਗੀ ਟੇਬਲ ਲੰਪ ਵੇਖੋ ਕਿੰਨਾ ਸਨ ਲਿਖਿਆ ਬਸ ਇਹਦਾ ਉਹ ਖੋਲਣ ਦਾ ਸੀਕਰੇਟ ਹੈਗਾ ਇਹਦੀ ਚਾਬੀ ਚੁਬੀ ਕੋਈ ਨੀ ਆ ਖੋਲੀ ਤਾਂ ਕਿੱਦਾਂ ਉਹ ਸੀਕਰੇਟ ਰੱਖਿਆ ਵੀ ਕੋਈ ਚੀਜ਼ ਪਾ ਕੇ ਉਹ ਉਹੋ ਹੀ ਬੰਦਾ ਖੋਲ ਸਕਦਾ ਜਿਹਨੂੰ ਉਹਦੇ ਬਾਰੇ ਥੋੜੀ ਬਹੁਤੀ ਨੌਲੇਜ ਆ ਖਜ਼ਾਨਾ ਅੰਦਾਜ਼ਾ ਲਾਇਆ ਨੀ ਜਾ ਸਕਦਾ ਸੈਕਿੰਡ ਮੈਨੂੰ ਦੱਸੋ ਇਸ ਕਰੰਸੀ ਤੋਂ ਸਿਵਾ ਕੋਇਨਸ ਤੋਂ ਸਿਵਾ ਤੁਹਾਡੇ ਕੋਲ ਹੋਰ ਕੋਈ ਕਰੰਸੀ ਕੀ ਹੈ ਸਾਰੇ ਜਿਹੜੇ ਜ਼ਿਆਦਾਤਰ ਬਾਹਰ ਦੇ ਆ ਇਹ ਉਸ ਟਾਈਮ ਤੇ ਜਦੋਂ ਹਿੰਦੁਸਤਾਨ ਆਜ਼ਾਦ ਹੋਣ ਤੋਂ ਪਹਿਲਾਂ ਜਿਹੜਾ ਸਾਡਾ ਰਾਜਾ ਸੀ ਉਦੋਂ ਇਹ ਕਾਰਡ ਚੱਲਦੇ ਹੁੰਦੇ ਸੀ ਨਹੀਂ ਬੇਟਾ ਬੈਨ ਤੋਂ ਹੈ ਪਰ ਜੇ ਵਹੀ ਰਾਜ ਗਿਆਨੀ ਨੇ ਲੋਕੋ ਕੋ ਬਤਾਇਆ ਹੁਆ ਕਿ ਜੋ ਕੋਇਨ ਕਲੈਕਟਰ ਹੈ ਨਾ ਜਿਤਨੇ ਵੀ ਕਲੈਕਸ਼ਨ ਕਰਨੇ ਵਾਲੇ ਉਨਕੋ ਅਥਾਰਟੀ ਹੈ ਉਹ 25-25 ਨੋਟ ਰੱਖ ਸਕਤੇ ਜੇ 500 ਵਾਲੇ ਵੀ 25 ਰੱਖ ਸਕਤੇ ਹੈ 1000 ਵਾਲੇ ਵੀ 25 ਰੱਖ ਸਕਤੇ ਅਗਰ 26 ਰੱਖੇਂਗੇ ਫਿਰ ਗੈਰ ਕਾਨੂੰਨੀ ਹੈ ਅੱਛਾ ਤੋ 25 ਤੋ ਮਤਲਬ ਇਹ ਬਾਕੀ ਸਾਰੇ ਆਪਕੇ ਪਾਸ ਉਹ ਆਊਟ ਆਫ ਇੰਡੀਆ ਕੇ ਨੋਟ ਹੈ ਹਾਂ ਹਾਂ ਉਹ ਜਿਹੜੀਆਂ ਬਾਹਰ ਦੀ ਕਰੰਸੀ ਇਹ ਹੁਣ ਇੱਕੋ ਗੱਲ ਹੈ ਨਾ ਪੁੱਤਰ ਬਾਰ ਬਾਰ ਇਹ ਆਪਾਂ ਇੱਕ ਇੱਕ ਇਕੱਲੇ ਇਕੱਲੇ ਨੋਟ ਦਾ ਵੇਰਵਾ ਕਰਾਂਗੇ ਨਾ ਤੇ ਉਹ ਸਾਨੂੰ ਬਹੁਤ ਟਾਈਮ ਲੱਗ ਜਾਣਾ ਕਿ ਉਹ ਵੇਰਵਾ ਹੋਣਾ ਨੀ ਤੇ ਇਸ ਤਰ੍ਹਾਂ ਹੀ ਆਪਣੇ ਭੈਣ ਭਰਾਵਾਂ ਨੇ ਪਹਿਲਾਂ ਵੀ ਤੇ ਵੇਖੀ ਆ ਤੇ ਫੇਰ ਵੀ ਅੱਗੋ ਚਲੋ ਜਿੰਨੀ ਕੁ ਵਿਖਾਈ ਜਾਂਦੀ ਗਾਇਸ ਇਹ ਨੋਟ ਦੇਖਿਆ ਕਿੰਨੇ ਜ਼ਿਆਦਾ ਐਂਟੀਕ ਹੈ ਕਿੰਨੇ ਜ਼ਿਆਦਾ ਸੁੰਦਰ ਲੱਗ ਰਹੇ ਹੈ ਇਤਨੇ ਖੂਬਸੂਰਤ ਅੱਗੇ ਜ਼ਮਾਨੇ ਕੇ ਨੋਟੋਂ ਸੇ ਜ਼ਿਆਦਾ ਸੁੰਦਰ ਲੱਗ ਰਹੇ ਹੈ ਇਹ ਦੇਖੋ ਔਰ ਦੇਖੀ ਕਿੰਨੇ ਕੜਕ ਹੈ ਬੀਬੀ ਸਾਫ ਨੋਟ ਹੀ ਮਤਲਬ ਕਲੈਕਸ਼ਨ ਚ ਰੱਖਿਆ ਜਾਂਦਾ ਜਿਹੜਾ ਬਿਲਕੁਲ ਮਾੜਾ ਨੋਟ ਹੋਏਗਾ ਨਾ ਉਹ ਕਲੈਕਸ਼ਨ ਦੇ ਵਿੱਚ ਨਹੀਂ ਰੱਖਿਆ ਜਾਂਦਾ ਕਿਉਂਕਿ ਉਹ ਕਲੈਕਸ਼ਨ ਦੀ ਪਿਆ ਪਿਆ ਉਹਨੇ ਪਾੜ ਜਾਣਾ ਤੇ ਗਲ ਜਾਣਾ ਇਹ ਦੇਖੋ ਇੰਨੀ ਕੁ ਹੌਲੀ ਹੌਲੀ ਜਿਹੜੇ ਫਾਉਂ ਫਿਰ ਸਭ ਤੋਂ ਛੋਟਾ ਨੋਟ ਆ ਫਿਰ ਵੀ ਵੇਖਣਾ ਕਿੰਨਾ ਟਾਈਮ ਲੱਗਦਾ ਤੁਸੀਂ ਫਾਸਟ ਦਿਖਾ ਦਿਓ ਮਤਲਬ ਆ ਆ ਕੋਈ ਤਨ ਨਾ ਤੜੇ ਖਲਾਰ ਕੇ ਦਾ ਵਾਹ ਇਹਨੇ ਸੋਨੇ ਸੋਨੇ ਦੇ ਪਿਆਰੇ ਬੰਦ ਉਹ ਵੀ ਕੜਕ
इन चिर मेरा ख्याल पत्ते भी बन दें मेरा ख्याल जे ताश खेडन आले आ ₹100 कोई जितना अच्छे साडे जिम्मे कोई लाटरी आला नोट हो जितना हो ना कोई एना उतर जितना साढ़े एक रुपये की बड़ी वैल्यू पुराना रुपया नहीं जितना लभदा अमेरिका का एक रुपया नहीं उत्थे पुराना लभदा पुराना अमेरिका का एक रुपया वा हैगा जे वन ट्रिलियन बहुत घट है हम जितना इस तरह होंगे जिम्मे सारे चौके आ सारे जीरो हो सारे एक ही होने 786 वाले भी आखो 786 हम सारे 786 किन्ने 786 के मान लो इन्हों एक नोट कोई होगा दूसरा नंबर होगा नहीं तो यह सारे जो अंटीक नंबर नहीं होंगे सारे उस तरह के अंटीक नंबर 786 कोई अंटीक नंबर आ गया जो घट जिम्मे 0223 इस तरह मिलता जुलता वा आ गया जिनी करते ही ना उन्ने पैसा की सरकार उन्होंने चीज वापस दे दी भी कल पता करना होना पता हो इन्हें किसी टाइम हिंदुस्तान पैसे डोनेट किए हिंदुस्तान भी हिंदुस्तान कोई ना कोई मदद लेनी चाहे कोई बंदा ਕਹਿੰਦੇ ਵੀ ਕਿਸੇ ਟਾਈਮ ਤੇ ਉਹਨਾਂ ਕੋਲ ਮਦਦ ਲੈ ਸਕਦਾ ਸੀ ਜਿਹੜੀਆਂ ਮਤਲਬ ਤੁਹਾਨੂੰ ਮੈਂ ਉਸ ਟਾਈਮ ਤੇ ਰਾਜਾ ਦੀ ਵਿਖਾਈ ਨਾ ਉਹ ਜਿਸ ਤਰ੍ਹਾਂ ਵੀ ਉਹ ਰਾਜਾ ਦੇ ਸਿੱਕੇ ਉਸ ਟਾਈਮ ਦੀ ਉਹਨਾਂ ਦੀਆਂ ਰਸੀਦੀ ਟਿਕਟਾਂ ਹੈਗੀਆਂ ਪੁਰਾਣੀਆਂ ਉਸ ਟਾਈਮ ਦੀਆਂ ਤਾਂ ਹੋਰ ਵੀ ਕਈ ਜਿਹੜੀਆਂ ਮਿਲਦੀਆਂ ਸੀ ਨਾ ਉਹ ਵੀ ਮੈਂ ਰੱਖ ਲੈਂਦਾ ਸੀ ਕੋਈ ਵੀ ਹੋਵੇ ਨਾ ਇਸ ਟਾਈਮ ਆ ਗਈ ਬਟਰਫਲਾਈ ਵਾਲੀ ਹਾਂ ਆਹ ਰੁਪਏ ਵਾਲੀ ਵੇਖੋ ਨਾ ਇਸ ਤਰ੍ਹਾਂ ਕੋਈ ਵੀ ਹੋਵੇ ਤਾਂ ਮੈਂ ਰੱਖ ਰੁਖ ਲੈਂਦਾ ਸੀ ਉਦੋਂ ਐ ਨਹੀਂ ਵੇਖੀ ਕਿਹੜੀ ਗਈ ਕਿਹੜੀ ਨਹੀਂ ਨਾ ਹੀ ਉਦੋਂ ਇੰਨੀ ਨੌਲੇਜ ਸੀ ਇਹ ਮੇਰਾ ਖਿਆਲ पता नहीं 10 साल बाद तुही के मेरा डब्बी खिलाई होनी है नहीं तो उदो की डब्बी भी नहीं खोली है। तो गाइस आज का दिन हमारा बड़ा यादगार गुजरा मतलब हमने कभी सोचा ही नहीं कि इतनी एंटीक चीजें हम देख भी पाएंगे तो सबसे पहले अंकल जी का सबसे वेरी वेरी थैंकफुल देखो जी और कुछ करो ना करो मैं कभी कहा नहीं इस बच्चे ने जिनी मेहनत की ना इस बच्चे की उम्मीद जिड़ी भी कामना है ना ए पब्लिक निको बेनती की पूरी कर दो मेरा समझो सब कुछ पूरा हो गया क्योंकि आप बच्चे ने बहुत मेहनत की मेहनत का फल मिलना चाहिए नाले ही जो शेर लैक जो भी तुम कर दस ही बच्चे ने अगे वधना इनू तुम अगे वधन जो हाथ जरूर होना चाहिए मेरी यह ख्वाहिश हैगी भी आप बच्चे छेती तो छेती अगे पहुंचाओ जिस तरह भी पहुंचा सकते इन्हें बेचारे ने बहुत मेहनत की जी तो नाले साडा फर्ज भी है कि कोई बच्चा किसी काम के अगे लगे तो ओनू आप मुकाम ते बचाइए मेरी दिली ख्वाहिश हैगी बच्चा अगे वधना चाहिए थैंक यू अंकल जी तो वीडियो को हम यही एंड करते हैं वीडियो पसंद आई तो लाइक करना चैनल में नए हो तो सब्सक्राइब करना ऐसे और वीडियोस को जय हिंद ना भूलना जे कोई बंदे नू सारी करंसी दे विच दिलचस्पी होवे ते ओ मेरे नाल कनेक्ट कर सकदा अपना नंबर देता कॉल कर सकदे हो 75088 10150 ਕਿਸੇ ਭੈਣ ਭਰਾ ਨੇ ਮੇਰੇ ਨਾਲ ਕੋਈ ਗੱਲ ਕੀਤੀ ਵੀ ਉਹ ਵੀਡੀਓ ਬਣਾਈਆਂ ਸੀ ਨਾ ਤੇ ਉਹਦੇ ਵਿੱਚ ਨਾ ਸਾਰੀ ਕੁਆਲਿਟੀ ਨਹੀਂ ਸੀ ਆਉਂਦੀ ਤੇ ਉਹਦੀ ਪੂਰੀ ਗਿਣਤੀ ਨਹੀਂ ਸੀ ਆਉਂਦੀ ਹੁਣ ਇਹ ਜਿਹੜਾ ਤੁਹਾਨੂੰ ਇੱਕ ਵਾਰੀ ਆ ਜਾਣਾ ਟੇਬਲ ਜਿਹੜਾ ਸਜਾਇਆ ਨਾ ਇਹ ਕੋਈ ਵੀ ਭੈਣ ਭਰਾ ਜਿਹੜਾ ਇਹਨੂੰ ਸ਼ੌਂਕ ਰੱਖਦਾ ਜਾਂ ਇਹਨੂੰ ਵੇਖਣਾ ਚਾਹੁੰਦਾ ਨਾ ਉਹ ਇਹਦੀ ਗਿਣਤੀ ਵੀ ਕਰ ਸਕਦੇ ਨੇ ਇਸ ਤਰ੍ਹਾਂ ਵੀਡੀਓ 'ਚ ਤੇ ਇਹਦੀ ਕੁਆਲਿਟੀ ਇਹਦੀ ਹਰ ਇੱਕ ਚੀਜ਼ ਉਹ ਪਹਿਚਾਣ ਸਕਦੇ ਨੇ ਇਹਦੇ ਤੋਂ ਇਹ ਵੀਡੀਓ ਬਣਾਉਣ ਦਾ ਐਪ